छोटू माजरा नहीं सी आया सामने मुकाबले तगड़े है इधर दो नंबर ग्राउंड भी धुक्की निकली भैया बल्ले बल्ले चोटी 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 पई वाली कर दगड़िया कराइया ढाफा लिया देखो दी तगड़ी भी पा नामे दे लोगों ने फिर ही कहना रिया सैमी दे विच प्रोफेशन मुंडे दा चोटी दा रहा बल्ले 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 पर खेड़ी मान सिंह दी टीम ओ भाई तारी ने मारे एक गल है जित हर एक पासे फाइनल अज मिस कर दे वीरे बाले पटाके पैने फाइनल च तकरीबन 2 बजे तेन फाइनल हो जाना है फाइनल ना मिस कर दे समाप्त हो जाना 2 बजे तेन का ਸਾਢੇ 12 ਹੋ ਗਏ 1 ਵਜੇ ਨੂੰ ਸੈਮੀ ਫਾਈਨਲ ਮਿਲੀ ਮੈਨੂੰ ਮੜਾ ਯਾਰ 2:15 ਨੂੰ ਫਾਈਨਲ ਮੁੱਕ ਜਾਣਾ ਜ਼ਰੂਰ ਦੇਖਿਓ ਵੀਰੇ ਫਾਈਨਲ ਪਟਾਕੇ ਫੁੱਲ ਬਹਿਣਗੇ ਆ ਵੀ ਲੋੜਾ ਦੋ ਕੋਲੇ ਨੰਬੜ ਜਾ ਕਰਨਾ ਬਹੁਤ ਅਜੇ ਜੇ ਕਿਤੇ ਉਹ ਹੋ ਜਾਂਦਾ ਨਹੀਂ ਮੈਂ ਤਾਂ ਚਲੋ ਵਧੀਆ ਖਿੱਚੇ ਪਿਆ 1 ਵਜੇ ਚੱਲ ਪੈਂਦਾ ਸਹੀ ਫੇਰ ਉਹਨੂੰ ਨੇ ਪੜ ਜਾਂਦਾ सही है कलवीर औल खबरे सारे फुला दे लियादे मुंडे ने राव खेड़ी मान सिंह आलिया कमाल कर दिती है टोबरा आउट है मेरे वीरे रविंदर रस्सी कितने हो गए रविंदर ਸਾਰੀ ਵਧੀਆ ਨੇ ਏਅਰਟੈਲ ਤੇ ਵੀ ਮੈਂ ਬਿਜਲੀ ਚਲਾਇਆ ਇਹ ਮੈਚ ਆ ਵੀਰੇ ਕੈਮਰੇ ਸਾਹਮਣੇ ਆ ਜੀ ਪਹਿਲਾ ਸੈਮੀਫਾਈਨਲ ਇਹ ਖੇੜੀ ਮਾਨ ਸਿੰਘ ਹਰਿਆਣਾ ਦੂਜੇ ਪਾਸੇ ਟੀਮ ਆ ਜੀ ਯੂਪੀ ਸ਼ਾਸਤਰੀ ਸ਼ੇਰੂ ਤੇ ਜੌਂਟੀ ਲੈਵੀ ਨੰਬਰ ਦਾ ਮਾਰਬਾਜ ਜਲਦੀ ਦੇ ਨਾਲ ਮਾਰੋ ਜੀ ਬਾਜ ਆ ਗਏ ਬਸ ਉਹਦੇ ਤਿਆਰ ਹੈ ਲੰਮੀ ਰੇਸ ਦੇ ਘੋੜਿਆਂ ਟਿਕਣੇ ਜਾਂਦੇ ਆ ਮਾਰਦੇ ਬਾਜ ਹਾਂ
ਦੂਜਾ ਸੈਮੀ ਚੈਣੇਵਾਲ ਤੇ ਮੋਲੀ ਖੁਰਦ ਦਾ ਵੀਰੇ ਰਣਜੀਤ ਹਰ ਗਿਆ ਸੀ ਵੀਰੇ ਚਾਂਗਲੀ ਨੂੰ ਹਰ ਗਿਆ ਸੀ ਮੇਰੇ ਪਿੰਡ ਵਾਲੇ ਮੁੰਡਿਆਂ ਨੂੰ ਵੀ ਨਵੀਂ ਮੋਲੀ ਦੇ ਫੁੱਲ ਕਿਹੜਾ ਗਰਾਊਂਡ ਚ ਮੇਰਾ ਵੀਰ ਤਿੰਨ ਮੂਵਾਂ ਸੀ ਲੈ ਗਿਆ ਮੁੜ ਕੇ ਮੈਂ ਮੋੜ ਕੇ ਮੈਂ ਮੈਜਿਕਟ ਨੂੰ ਲੱਗ ਗਿਆ ਮੈਂ ਤਾਂ ਮੜਵਾ ਲੈਣਾ ਉਹ ਵੀ ਲਾ ਕੇ ਦੇ ਜੀ ਉਹ ਸੁੱਖਾ ਬੈਠਾ ਜੀ ਅਸੀਂ ਲੈ ਕੇ ਤੰਨੇ ਦੇ ਦੇਣੀ ਮੋੜਦੇ ਨਹੀਂ ਜਿੰਨਾ ਮੈਂ ਬੈਠਾ ਉਰੇ ਕਹਿੰਦੇ ਆ ਵੀ ਮੋੜ ਜਿਓ ਤਾਂ ਠੀਕ ਆ ਨਹੀਂ ਬਹਾ ਵੀ ਆਓ ਜੀ ਚੈਣੇ ਵਾਲ ਦੀ ਟੀਮ ਚੈਣੇ ਵਾਲੀ ਆ ਮੁੰਡੇ ਆ ਗਏ ਆ ਗਰਾਊਂਡ 'ਚ ਬਹੁਤ ਸੋਹਣਾ ਮੈਚ ਹੋਵੇਗਾ ਹੋਰ ਕਰ ਵੀ ਰਹੀ ਹੈ ਹੋਰ ਕੰਮ ਹੀ ਲੋੜਦਾ ਰੈਫਰੀ ਆਪਾਂ ਚੈਣੇ ਵਾਲ ਦੀ ਟੀਮ ਵੀ ਆ ਗਈ ਹੈ ਦੋਨੇ ਸੈਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਲਵੀ ਜਾਂਗਲੀ ਵਾਲਾ 12:30 ਦਾ ਸਮਾਂ ਦੋ ਸੈਮੀ ਚੱਲ ਗਏ ਤੋਂ ਫਾਈਨਲ ਦਾ ਇੰਤਜ਼ਾਰ ਹੈ ਤੇ ਲੈਵੀ ਬਾਈ ਸਮੇਂ ਨਾਲ ਸੈਮੀ ਫਾਈਨਲ ਚੱਲ ਪਿਆ ਜੇ ਕਹੀ ਆਪਾਂ ਵਾਲੀਬਾਲ ਦੇ ਵਿੱਚ ਇੱਕ ਤਾੜੀ ਮਾਰੋ ਯਾਰ ਜੋੜ ਦੇਣੇ ਟਾਈਮ ਸਿਰ ਮੈਂ ਜਿਹੜੇ ਗੱਲਾਂ ਟਿਕਾਣੇ ਲੱਗਣੀਆਂ ਗਾਂਧੀ ਕਿੱਥੇ ਦੀ ਗਾਂਧੀ ਆ ਜਾਵੇ ਗਾਂਧੀ ਗਰਾਊਂਡ ਅੱਜ ਤੇ ਗਾਂਧੀ ਦੀ ਚੜ੍ਹਾਈ ਵੀ ਹੈ ਨੈਣਾ ਦੇਵੀ ਜਿੰਨੀ ਹੈ ਗਾਂਧੀ ਦੇ ਸਿਰ ਵੱਡੀਆਂ ਜ਼ਿੰਮੇਵਾਰੀਆਂ ਹੈ ਆਜਾ ਗਾਂਧੀ ਜਲਦੀ ਦੇ ਨਾਲ ਗਾਂਧੀ ਗਾਂਧੀ ਹੋਈ ਪਈ ਹੈ ਦੁਨੀਆਂ ਗਾਂਧੀ ਦੇ ਮਗਰ ਤਰੀ ਫਿਰਦੀ ਹੈ ਆ ਵੀ ਗਾਂਧੀ ਕਰਾਈਏ ਮੈਚ ਚੈਣੇ ਵਾਲ ਵੀ ਆ ਗਈ ਰਹਿੰਦੇ ਖਿਡਾਰੀ ਆਓ ਜੀ ਜਲਦੀ ਦੇ ਨਾਲ ਆ ਇੱਕ ਤਾਂ ਉਹ ਮੁੰਡਾ ਭਰਨੇ ਵਾਲਾ ਇੱਕ ਆਹ ਮੁੰਡਾ ਜੋਤੀ ਸਰ ਦੇ ਨੇ ਹੈ ਮੂਰਲਾ ਹਾਂ ਇੱਕ ਕੁਛ ਨੀ ਵਾਹ ਓਏ ਕਰਨ ਗੱਲਾਂ ਟਿਕਾਣੇ ਆ ਕਰਨ ਵੀ ਆ ਗਿਆ ਇੱਧਰ ਤਿੰਨ ਨੰਬਰ ਗਰਾਊਂਡ ਦੇ ਵਿੱਚ ਬਾਪੂ ਜੀ ਨੇ ਕਬੱਡੀ ਬਹੁਤ ਤਗੜੀ ਖੇਡੀ ਹੈ ਕਬੱਡੀ ਦੇ ਖੇਤਰ ਦੇ ਵਿੱਚ ਸਰਦਾਰ ਰਣਜੀਤ ਸਿੰਘ ਦੀ ਗੱਲ ਹੋਈ ਮੇਰੇ ਵੀਰ ਤੇ ਅੱਜ ਕੱਲ੍ਹ ਵਾਲੀਬਾਲ ਦੇ ਖੇਤਰ ਦੇ ਵਿੱਚ ਲਵੀ ਸੋਨੀ ਬਾਈ ਮੁੰਡਾ ਕਰਨ ਲਓ ਮੈਚ ਵੀ ਬਹੁਤ ਵਧੀਆ ਤੇ ਚੌਲ ਵੀ ਬਹੁਤ ਵਧੀਆ ਥੋੜੇ ਜਿਹੇ ਚੌਲ ਹੀ ਰਹਿ ਗਏ ਹੈ ਇਹ ਦੇਖਾਂਗੇ ਵੀ ਲਾਸਟ ਚੌਲ ਕਿਹੜੇ ਕਰਮ ਵਾਲੇ ਦੇ ਹਿੱਸੇ ਆਉਂਦੇ ਹੈ ਲਵੀ ਪਰਮਾ ਦਾ ਵੀ ਕਹਿਣੇ ਵਾਲੀ ਆ ਜਿਹੜੇ ਜਿਹੜੇ ਵੀਰ ਚੌਲ ਸਕਣਾ ਚਾਹੁੰਦੇ ਆ ਸਕਦੇ ਆ ਜੀ ਨਹੀਂ ਚਿੜੀ ਆ ਗਿਆ ਚਣੇ ਵਾਲੀ ਆ ਚਿੜੀ ਨੇ ਵੇਖ ਗਲਾਸ ਚੌਲਾਂ ਦਾ ਇਹ ਸਕੀਨ ਹੈ ਬਾਕੀ ਯੂਪੀ ਵਾਲੇ ਬੈਠੇ ਹੈ ਵੱਧ ਚੌਲ ਖਾਂਦੇ ਹੈ ਹੈਲੋ ਪਿੱਤੇ ਰਹਿੰਦੀ ਟੀਮ ਭੇਜੀ ਮੇਰਾ ਬਾਈ ਚਣੇ ਵਾਲੀ ਆਓ ਜੀ ਜਲਦੀ ਦੇ ਨਾਲ ਨਹੀਂ ਦਸਤੂਪੁਰ ਵਾਲਾ ਤੂੰ ਵੀ ਖਾ ਜਾ ਚੌਲ ਸਕੋਰ ਕਰਦੇ ਆ ਪਤਾ ਵੀਰੇ ਵੀ ਆ ਜਾ ਤਸਤੂਪੁਰੀਆ ਤੂੰ ਰਹਿ ਗਿਆ ਉਹ ਆਉਂਦੇ ਆ ਤਿੰਨ ਚਾਰ ਜਾਣੇ ਮੈਨੂੰ ਲੱਗਦਾ ਵੀ ਚੌਲ ਦੋ ਜਾਣਿਆਂ ਦੇ ਰਹਿ ਗਏ ਹੈ ਆ ਜੋ ਭੱਜ ਕੇ ਦੇਖਦੇ ਆ ਕਿਹਦੇ ਕਰਮਾਂ ਚ ਹੈ ਲੈ ਲਈਏ ਚੌਲ
ਕਨੇਸ਼ ਪੰਡਿਤ ਜੀ ਹਾਂਜੀ ਇਹ ਪਹਿਲਾ ਸੈਮੀ ਹੈ ਜੀ ਗਾਂਧੀ ਜੀ ਕਰਾ ਦਈਏ ਮੈਚ ओके 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 ठीक है कमल ਦੱਸੀ ਕਿਵੇਂ ਕੀ ਕਰਤਾ ਪ੍ਰਧਾਨ ਤਾਂ ਹੀ ਕਰਦਾ ਫਿਰ ਕਦੇ ਕਦੇ ਕਬੱਡੀ ਵੀ ਬਹੁਤ ਤਗੜੀ ਖੇਡੀ ਹੈ ਕਰਜ਼ੇ ਫਤਿਹ ਕਰਵਾਏ ਕੁਲਦੀਪ ਪ੍ਰਧਾਨ ਜੀ ਨੇ ਕਈ ਕਈ ਮੇਲਿਆਂ ਦੇ ਲਈ ਗਾਂਧੀ ਬੈਸਟ ਰਿਹਾ ਸੋਨੇ ਦੀਆਂ ਮੁੰਦੀਆਂ ਜਿੱਤੀਆਂ ਮੇਰੇ ਵੀਰੋ ਜਿਹੜੇ ਹਿਸਾਬ ਨਾਲ ਅੱਜ ਕੁਲਦੀਪ ਪ੍ਰਧਾਨ ਖੇਡਦਾ ਨਾ ਅੱਜ ਤੇ ਲੱਗਦਾ ਵੀ ਡੋਰ ਟੈਸਟ ਕਰੀਏ ਕਮਾਲ ਹੀ ਕਰ ਦਿੱਤੀ ਹੈ ਕੁਲਦੀਪ ਪ੍ਰਧਾਨ ਨੇ ਲੋੜ ਤੋਂ ਵੱਧ ਤਕੜੀ ਖੇਡ ਖੇਡੀ ਹੈ ਆ ਜਾਓ ਪ੍ਰਧਾਨ ਜੀ ਜਲਦੀ ਦੇ ਨਾਲ ਪ੍ਰਧਾਨ ਜੀ ਹਨ ਬੋਟਾ ਪਾਈ ਕਹਿੰਦਾ ਵੀ ਜਵਾਨੀ ਜਿੱਤੇ ਕਰਾਉਂਦੀ ਹੈ ਬੋਤਲ ਚ ਭੋਲੀ ਫਿਰਦਾ ਪ੍ਰਧਾਨ ਕੁਛ ਨਾ ਕੁਛ ਅੱਜ ਬੋਤਲ ਚ ਭੋਲੀ ਫਿਰਦਾ ਕੁਛ ਨਾ ਕੁਛ ਲੈਣ ਕੋਲੇ ਧਰ ਲਈ ਇਹ ਗੱਲ ਪੱਕੀ ਹੈ ਜਿੰਨੇ ਮੇਲੇ ਮੇਰੇ ਖਿਆਲ ਨਾਲ ਪ੍ਰਧਾਨ ਜੀ ਨੇ ਖੇਡੇ ਮੋਹਲੀ ਦੀ ਟੀਮ ਲਈ ਤੇ ਪ੍ਰਦਰਸ਼ਨ ਤਕੜਾ ਹੀ ਹੋਇਆ ਮੇਰੇ ਵੀਰ ਤੇ ਮੁੰਡੇ ਵੀ ਸਾਥ ਦਿੰਦੇ ਆ ਮੋਹਲੀ ਵਾਲੇ ਮੁੰਡੇ ਨਵੇਂ ਮੁੰਡੇ ਆ ਮੇਰੇ ਵੀਰ ਉੱਧਰ ਰਹਿ ਸਰੀਆਂ ਦਾ ਵੀ ਪਿੰਡ ਜਾਣ ਨੂੰ ਜੀ ਨਹੀਂ ਕਰਦਾ ਵੀ ਪਿੰਡ ਵਾਲੇ ਕਹਿਣਗੇ ਅੱਜ ਬੜੇ ਸਮੇਂ ਨਾ ਆ ਗਏ ਹੈ ਅੱਗੇ ਤੇ ਤੜਕੇ ਵੇਲੇ ਜਾਂਦੇ ਹੈ ਰਹਿ ਸਰੀਆਂ ਦਾ ਵੀ ਪਿੰਡ ਜਾਣ ਨੂੰ ਦੂਜਾ ਸੈਮੀ ਚੈਣਿਆਲ ਤੇ ਮੋਹਲੀ ਫੜ ਦੋਰੇ ਬਾਈ ਮੋਹਲੀ ਦੀ ਟੀਮ ਅੱਜ ਦੇ ਇਸ ਵੱਡੇ ਮੇਲੇ ਦੇ ਸੈਮੀ ਫਾਈਨਲ ਤੱਕ ਪਹੁੰਚੀ ਆ ਐਨ ਗੱਲਾਂ ਸਮੇਂ ਦੀਆਂ ਹੋਣੀਆਂ ਮੁੰਡੇ ਫਾਈਨਲ ਦੀਆਂ ਦੂਰੀਆਂ ਵੀ ਤੈਅ ਕਰਨਗੇ ਇਹ ਸਮੇਂ ਨੇ ਤੈਅ ਕਰਨਾ ਹੈ ਪਰ ਇੱਕ ਤਾੜੀ ਮਾਰ ਕੇ ਹੌਸਲਾ ਦਿਓ ਯਾਰ ਮੁੰਡਿਆਂ ਨੂੰ ਪਿਛਲੇ ਮੈਚਾਂ 'ਚ ਬਹੁਤ ਤਕੜਾ ਪ੍ਰਦਰਸ਼ਨ ਕੀਤਾ ਹੈ ਮੁੰਡਿਆਂ ਨੇ ਢਾਬਾ ਵਾਲੇ ਦੀ ਬਹੁਤ ਤਕੜਾ ਮੈਚ ਅੱਜ ਕੋਈ ਕਿਸੇ ਦਾ ਫੈਨ ਹੈ ਕੋਈ ਕਿਸੇ ਦਾ ਫੈਨ ਹੈ ਆਪਣੇ ਫੈਨਾਂ ਦੀ ਖੇਡ ਦੇਖਣ ਦੇ ਲਈ ਪੁੱਜੇ ਹੋਏ ਹੈ ਦੁਨੀਆ ਫੈਨ ਬਣਾਉਣੀ ਗੱਲ ਬਹੁਤ ਵੱਡੀ ਹੈ ਪਾਣੀ ਪਾਉਣ ਦਾ ਗਰੀਕ ਕਹੀਏ ਜਿਸੇ ਵੀਰ ਨੂੰ ਗਰਾਊਂਡ ਦੇ ਵਿੱਚ ਲੈ ਜੀ ਪਿਓ ਪਾਣੀ ਬਾਬੇ ਕੱਢੇ ਆ ਪਾਣੀ ਵਾਲੇ ਆਪਣੇ ਪਾਣੀ ਵਾਲੇ ਬਾਬੇ ਆ ਗਿਆ ਜੀ ਆ ਗਿਆ ਪਾਣੀ ਖੇਡੋ ਮੇਰਾ ਵੀਰ ਲਓ ਸਾਹਮਣੇ ਮੈਚ ਤਗੜਾ ਵੀ ਇੱਕ ਤੇ ਇੱਕ ਦੋ ਹੁੰਦੇ ਆ ਤੇ ਇੱਕ ਤੇ ਇੱਕ 11 ਵੀ ਆ ਬੈਠਲ ਮਾੜੀ ਆ ਮਿੱਤਰਾ ਯਾਰਾਂ ਵੀ ਆ ਚੰਗਾ ਲੱਗਦਾ ਆਪਣੇ ਧੀਆਂ ਦਾ ਫੇਰ ਨੀ ਢਿੱਡ ਪਾਲਦਾ ਘਰ ਦੇ ਧੀਆਂ ਦਾ ਔਰ ਰੱਖ ਕੇ ਬਨੇਰੇ ਉੱਤੇ ਕਸੀਦਾਰੀ ਮੰਡਿਆ ਵੇ ਚੱਕ ਮੇਰੇ ਬੰਦੇ ਤੋਂ ਪਾਸਾ ਹੀ ਕੀਤਾ ਚੰਗਾ ਹੋਇਆ ਚੱਕ ਮੇਰੇ ਬੰਬੇ ਤੋਂ ਪਾਸਾ ਹੀ ਕੀਤਾ ਚੰਗਾ ਹੋਇਆ ਉਹ ਬਾਈ ਯਾਰ ਹਰਿਆਣੇ ਵਾਲੇ ਮੁੰਡਿਆਂ ਦੀ ਖੇਡ ਕਿਵੇਂ ਲੱਗ ਰਹੀ ਹੈ ਤਾੜੀ ਦੇ ਮਾਰੋ ਯਾਰ ਗੱਲਾਂ ਇਹਨਾਂ ਨੇ ਟਿਕਾਣੇ ਲਾ ਰਹਿਣੀਆਂ ਚੌਂਟੀ ਸਮਝਾਲਾ ਸ਼ਾਸਤਰੀ ਨੂੰ ਨਹੀਂ ਕਹਵੇ ਸ਼ੇਰੂ ਨੂੰ ਵੀ ਗਾਂਧੀ ਕੱਚੇ ਪੈਰੀ ਮੰਨਣ ਵਾਲਿਆਂ ਜੁੜੀ ਹੈਗੇ ਕੱਚੇ ਪੈਰੀ ਮੰਨਣ ਵਾਲਿਆਂ ਜੁੜੀ ਹਰਿਆਣੇ ਵਾਲੇ ਮੇਰੇ ਮਿੱਤਰੋ ਤੇ ਪਦੀਨਾ ਇੱਕ ਮਿੰਟ ਪੈਂਟ ਲਿਖਦਾ ਨੰਬਰ ਦਾ ਗੱਲ ਕਰਾ ਦੇ ਪੈਂਟ ਲਿਖਦਾ ਮਾੜਾ ਜਾ 2017 ਦੇ ਪਤਾ ਲੱਗੂ ਜੀ ਦਰਜੇ ਨਾਲ ਐ ਲੱਗਦੇ ਡਾਲਰਾਂ 'ਚ ਨਹੀਂ ਆਉਣੀ ਪੇਮੈਂਟ ਵੀ ਇਹ 17 ਦੀ ਅਲੱਗ ਹੀ ਆਊ ਡਾਲਰਾਂ ਦਾ ਅਲੱਗ ਬਾਜੂ 20,000 ਰੁਪਇਆ 3,000 ਰੁਪਇਆ ਜਿਹੜੀ ਮੇਰੇ ਕੋਲ ਆਪਣੇ ਬਾਕੀ ਮਹੀਨੇ ਦੀ ਕੋਈ ਗੱਲ ਨਹੀਂ ਹਾਂ ਇਹ ਸਟਾਰ ਇਹ ਡਾਲਰ ਨਹੀਂ ਨਾ ਹੈਗੇ ਡਾਲਰ ਤਾਂ ਅਲੱਗ ਆ ਜਿਹੜੀ ਐਡ ਵਾਲੀ ਆਉਣੀ ਉਹ ਤਾਂ ਅਲੱਗ ਆਉਣੀ ਲੱਗ ਜੂ ਪਤਾ ਪੱਕੀ ਅਪਡੇਟ ਆਪਾਂ ਨੂੰ ਮਹੀਨੇ ਦੇਖੋ ਜੇ ਆਪਾਂ ਪੇਗ ਲਈਏ ਸ਼ੁਰੂਆਂ ਤੇ 80-90 ਹੁੰਦੇ ਸਟਾਰ ਹਾਂ ਫਰੀ ਦੇ ਫਿਰ ਉਹ ਪੂਰੇ ਵੀ ਕਰਨੇ ਨਾ ਮਹਿੰਦੀ ਉਹਨਾਂ ਨੇ ਫਰੀ ਦੇਖ ਲਾ ਮੇਰੇ ਕੋਲ 10,000 ਹੋ ਗਿਆ ਜਦੋਂ ਫੇਸਬੁੱਕ ਦਾ ਫਰੀ ਆ ਸਾਰਾ ਸਾਰਾ 75-75 ਰੁਪਏ ਦਾ ਜੀ ਬਹੁਤ ਘੱਟ ਭੇਜਦਾ ਫਰੀ ਤਾਂ ਸਾਰੇ ਆ ਗਏ ਮੰਨਦਾ ਗੱਲ ਉਹ ਵੀ ਪੂਰੇ ਕਰਨੇ ਆ ਫੇਸਬੁੱਕ ਨੇ
ਕਿਹਨੇ ਭੇਜਤੇ ਭਰਾ ਨੇ? ਅਮਨ ਧਾਲੀਵਾਲ ਨੇ ਭੇਜਤੇ 75 ਸਟਾਰ, ਬਹੁਤ ਬਹੁਤ ਧੰਨਵਾਦ ਜੀ। ਫਰੀ ਵਾਲੀ ਆ ਰਹੇ ਆ ਵਿੱਚ ਹੈਗੇ, ਪੇੜ ਭੇਜੇ ਆ ਬਹੁਤ ਨੇ, ਕਿਸੇ ਨੇ 300 ਭੇਜਿਆ, ਕਿਸੇ ਨੇ 500 ਵੀ ਭੇਜਿਆ। ਲੈਵੇ ਨੰਬਰਦਾਰਾ ਨੰਬਰ ਦੱਸੀ, ਬਾਕੀ ਗਾਂਧੀ ਦਾ ਕਰੇਜ ਬੜਾ ਹੈ, ਐਨ ਫੋਟੋਆਂ ਗਾਂਧੀ ਦੇ ਨਾਲ ਲੈਂਦੀ ਹੈ, ਇਹ ਪਿਆਰ ਹੈ। ਸਕੋਰ ਕਰਦੇ ਆ, ਪਤਾ ਕਰਦੇ ਆ, ਪਤਾ ਵੀਰੇ ਸੋਨੀ ਨਾ ਵੀ ਹੋ ਜੇ, ਸੋਨੀ ਹੋ ਜੀ ਸਾਈਡ ਤੇ ਮਾੜਾ ਵੀਰੇ। ਲੈ ਵੀ ਨੰਬਰ ਵਾਲਾ ਦੱਸ ਨੰਬਰ ਕਿੰਨੇ ਕਿੰਨੇ ਹੈ? ਲੈ ਵੀ ਬਾਈ ਦੱਸੀ ਕਿਹੜਾ ਨੰਬਰ, ਰਵਿੰਦਰ ਕਿੰਨੇ ਕਿੰਨੇ ਹੋ ਗਏ? 8-6 ਦੀ ਟੱਕਰ ਵੀਰੇ ਮਿੱਤਰੋ, 8-6 ਵੀਰੇ 8-6 ਟੱਕਰ ਬੜੀ ਵੱਡੀ ਆ, ਪਰ ਉਧਰ ਤੂਫਾਨ ਨੇ ਮੈਨੂੰ ਲੱਗਦਾ ਵੀ ਗੱਡਾ ਗਲਵਾਖੀ ਜੀ ਟਾਈਮ ਨਾਲ ਹੀ ਰਹੀਆਂ ਨੇ ਘਰ ਰਹਿਣਾ, ਉਹ ਤੂਫਾਨ ਨੇ ਤੇ ਇੱਕ ਪਾਸੇ ਕਰਕੇ ਰੱਖ ਦਿੱਤਾ ਹੈ। ਬਹੁਤ ਸੋਹਣਾ ਮੈਚ, ਟੱਕਰ ਹੋ ਗਈ ਸੇਰਾਂ ਦੀ, ਖੜਕੇ ਪੇਕੇ ਕੁੱਲ ਜਵਾਨਾਂ ਕਾਪੋ ਜਿੱਤਣਗੇ, ਜਿਨ੍ਹਾਂ ਦੇ ਡੋਲਿਆ ਪੱਟਾਂ ਗੁੱਟਾਂ ਵਿੱਚ ਜਾਨਾਂ ਕਾਪੋ ਜਿੱਤਣਗੇ। ਕੱਪ ਕਿਹਨੇ ਜਿੱਤਣਾ? ਹੋ ਸਾਹਮਣੇ ਕੱਪ ਪਏ ਹੈ, ਜਨੇਤਪੁਰੀ ਰਣਜੀਤ ਤੋਂ ਬਣੇ ਹੋਏ ਹੈ, ਤੇ ਦੁਨੀਆ ਦੇਖਦੀ ਹੈ ਵੀ ਅੱਜ ਕਿਹਦੇ ਘਰ ਦਾ ਸੁਨਾਰ ਬਣਦੇ ਹੈ। ਸਰਵੇ ਫੇਰ ਚੇਂਜ ਹੋ ਗਈ ਹੈ, ਦੋ ਨੰਬਰਾਂ ਦਾ ਫਰਕ ਹੈ, ਖੇਡ ਮੈਦਾਨ ਦੇ ਵਿੱਚ ਵੱਧਦੇ ਹੈ। ਤਕੜਾ ਮੈਚ, ਇੱਕ ਅੱਧਾ ਹੋਰ ਨੰਬਰ ਲੱਗ ਗਿਆ ਹੈ, ਤੇ ਬਈ ਵਾਲੀਏ ਚੌਂਕੀ ਦੇ ਦਿਆ ਬਣਨਾ ਸ਼ੁਰੂ ਹੋ ਜਾਂਦਾ ਹੈ, ਉਹ ਹੱਲ ਕੁਝ ਹੋਰ ਕਰਨਾ ਪੈਣਾ ਹੈ। ਇਹ ਕਿਤੇ ਇੱਕ ਅੱਧਾ ਨੰਬਰ ਖੇੜੀ ਮਾਨ ਸਿੰਘ ਵਾਲਿਆਂ ਦਾ ਹੋਰ ਲੱਗ ਗਿਆ ਹੈ, ਗੱਲ ਕਹਾਣੀ ਕੁਝ ਹੋਰ ਹੀ ਬਣ ਜਾਣੀ ਹੈ। ਬਹੁਤ ਸੋਹਣਾ ਖੇਡ ਰਹੇ ਆ ਮੁੰਡੇ, ਓ ਵਾਹ ਮੁੰਡਿਆ, ਆ ਫੇਰੂ ਹੈ, ਭੱਜ ਕੇ ਥਾਪੀ ਦਿੱਤੀ ਹੈ, ਜਿਵੇਂ ਸਿਆਣੀ ਟੀਵੀ ਮੱਝ ਚੋ ਕੇ ਥਾਪੀ ਦਿੰਦੀ ਹੈ, ਓ ਮੁੰਡੇ ਨੂੰ ਭੱਜ ਕੇ ਥਾਪੀ ਦਿੱਤੀ ਹੈ। ਟੀਮੇ ਵਾਲੇ ਇਕੱਲੇ ਫੇਰੂ ਵੱਲ ਦੇਖੀ ਜਾਂਦੇ ਆ ਵੀ ਬਣਿਆ ਕਾਹਦਾ ਹੈ, ਹੋਰ ਨਹੀਂ ਮੈਚ ਦੇਖਦੇ, ਇਕੱਲੇ ਫੇਰੂ ਨਹੀਂ ਦੇਖੀ ਜਾਂਦੇ ਹੈ। ਨਹੀਂ ਵੀ ਜਿੰਮੇ ਵਾਲੇ ਕਰਾਈਏ ਮੇਲਾ, ਆਪਾਂ ਵੀ ਇਹ ਸੱਦੀਏ ਸਿਰੂ, ਗੱਲਾਂ ਫੇਰ ਟਿਕਾਣੇ ਲੱਗਣਗੀਆਂ। ਕ੍ਰਿਕਟ ਦਾ ਮੇਲਾ ਵੀ ਜਿੰਮਿਆਂ ਦਾ ਕਹਿੰਦੇ ਬੜਾ ਤਕੜਾ ਹੁੰਦਾ ਹੈ, ਥੱਲੇ ਸਟਾਰ ਸ਼ੋ ਹੁੰਦਾ ਹੋਣਾ ਜਿੱਥੇ ਕਮੈਂਟ ਵਾਲੇ ਆਪਸ਼ਨ ਦੇ ਆਉਂਦੇ ਆ ਬਈ, ਜੈਲੋ ਕਲਰ ਦੇ ਸਟਾਰ ਨੂੰ ਕਲਿੱਕ ਕਰ ਲਓ ਅੱਗੇ ਆਪੀ ਪਤਾ ਲੱਗ ਜਾਣਾ ਤੁਹਾਨੂੰ, ਤੇ ਗੱਲਬਾਤ ਵੱਖਰੀ ਬਣ ਜਾਣੀ ਹੈ। ਸੋਹਣਾ ਮੈਚ ਖੇਡ ਮੈਦਾਨ ਦੇ ਵਿੱਚ, ਉਧਰ ਇੱਕ ਨੰਬਰ ਬਾਕੀ ਹੈ, ਥੁੱਲੀ ਵਾਲੀ ਆ ਸਨੀ ਕਰਦੇ ਟਰਾਈਆਂ ਸੋਹਣੀਆਂ। ਸੁਪਰ ਫਾਈਨਲ ਲੱਗਣਾ ਬਈ, ਗੱਲਾਂ ਬਾਤਾਂ ਟਿਕਾਣੇ ਲੱਗੀਆਂ ਹੈ, ਜਿੱਤਾਂ ਹਾਰਾਂ ਥੋੜੀਆਂ ਆਈਆਂ ਤੇਰੇ ਮਿੱਤਰੋ, ਸਿਆਣੇ ਕਹਿੰਦੇ ਜਦੋਂ ਦੋ ਪਲ ਭੁੱਲਦੇ ਆ, ਜਦੋਂ ਦੋ ਟੀਮਾਂ ਨੇ ਖੇਡਣਾ ਤੇ ਇੱਕ ਨੇ ਹਰਨਾ ਤੇ ਜ਼ਰੂਰ ਹੁੰਦਾ ਮੇਰੇ ਵੀਰੋ, ਆਓ ਜ਼ੋਰ ਜਮਾਈ ਤੇ ਚੈਨੇ ਵਾਲੀਆਂ ਨੂੰ ਮੁਬਾਰਕਬਾਦ। ਮੈਂਡੀ ਨੂੰ ਵੀ ਵਧਾਈਆਂ ਬਹੁਤ ਬਹੁਤ ਜੀ, ਟੀਮ ਇਹਨਾਂ ਦੀ ਫਾਈਨਲ 'ਚ ਪਹੁੰਚ ਚੁੱਕੀ ਆ, ਗੱਡੀ 'ਚ ਹੋਊਗੀ ਬਾਲ ਸਾਹਮਣੇ ਉਰੇ ਫੜਾ ਰਹੇ ਆ, ਹਲਿਆ ਟੇਬਲ 12:52 ਮਿੰਟ ਹੋ ਗਏ ਹੈ, 2 ਮਿੰਟ ਬਾਕੀ ਹੈ, 1 ਵੱਜ ਜਾਣਾ ਹੈ ਤੇ 1 ਮੈਚ ਇਹਦੂ ਬਾਅਦ ਬਾਕੀ ਹੈ। ਨੰਬਰਦਾਰਾ 1 ਵੱਜਣ ਚ 2 ਮਿੰਟ ਬਾਕੀ ਹੈ, 1 ਵੱਜ ਜਾਣਾ ਤੇ ਉਹਦੇ ਬਾਅਦ ਮੈਚ ਵੀ 1 ਬਾਕੀ ਰਹਿ ਗਿਆ ਆਪਣੇ ਕੋਲੇ। ਨੰਬਰ ਦੱਸੀ, ਵਾਹ ਵੀ ਸ਼ੇਰੂ ਕਮਾਲ ਕਰ ਦਿੱਤੀ ਆ, ਲੈ ਵੀ ਹਰਵਿੰਦਰ ਦੱਸੀ ਨੰਬਰ 12:08, ਠੀਕ ਹੈ ਜੀ, 12:08 ਦੀ ਟੱਕਰ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਹੋ ਗਈ ਆ। ਆਓ ਸਾਹਮਣੇ ਆ ਗਿਆ ਫੇਰ ਲਗਾਤਾਰ ਨੰਬਰ ਜੁੜਦੇ ਯਾਰ, ਲੈ ਵੀ ਵਿਵੇਕ ਹੋਣਾ ਕੁਝ ਗਲਤੀ ਹੋ ਰਹੀ ਮਿੱਤਰਾ, ਤੇਰੇ ਕੰਧਾ ਨੰਬਰ ਬਈ ਵਾਲੀਆਂ ਤੋਂ ਕੱਢ ਦੇ ਤੇ ਗੱਲਬਾਤ ਜਿਹੜੀ ਵੱਖਰੀ ਬਣ ਜਾਣੀ ਹੈ ਯਾਰ ਜੀ। ਵੱਡਿਆਂ ਤੇ ਡਾਠਾ ਪਿੰਡ ਦਾ ਸਨੀ ਆ, ਐਨ ਵੱਡਾ ਬਾਈ ਉਹ ਵੀ ਆਇਆ, ਬਹੁਤ ਵੱਡਾ ਧੰਨਵਾਦ ਹੈ, ਨਾਲ ਬ੍ਰਿੰਦਰ ਹੈ। 12:13 ਹੋ ਗਏ ਜਾਂ ਫਿਰ ਚੇਂਜ ਹੋ ਗਈ ਜੀ ਇਹਨਾਂ ਦੀ ਬਾਲ, ਨੰਬਰ ਲੱਗ ਗਿਆ ਇਹਨੇ ਬਾਲ, ਠੀਕ ਹੈ ਜੀ। ਕਿੰਨੇ ਹੋ ਗਏ ਨੰਬਰਦਾਰ ਜੀ? 13 ਹੋ ਗਏ ਜੀ।
नंबरदार भी पढ़िया लिखा वाहवा लगता है मैनू नहीं नंबरदार आई लैस कर ले तो नौ चो नौ बैंड आवे वाह नंबरदार ये क्रिकेट का हीरा कमेंटर है वालीबाल के बड़ा नाम बन गया है नंबर मेरे ख्याल तेरह तो बद के चौदह हो गया जी आओ ते पेट्रोल लगना ढाबा भी स्कूटर स्कूटर कर लग गया मंडी शर्मा रही ढाबा भी मेनू लगना भी स्कूटर स्कूटर कर लग गया वे गला टकाने मेरे मित्रों हो गए जी पंद्रह हो गए अठ तो हो पे अठ तो थले गया दस तो लवी ढाबा चाहिए एक दो गलतियां हो रही तो स्कूटर इतों लग जाना मेहंदी शर्मा जी कहते चक्कर ही कोई नहीं है ढाबा अपना प्यार है तो आप स्कूटर देना मुंडे नसा तो थले थले रोक गया धरते बड़े मेरे मित्रोड़ गए पर मैनू लगना नौवा नंबर ये मुंडे ला गए तो गल बात कुछ होर ही होनी है आओ सामने बल्ले आओ बल्ले 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 ढाबा वाला दे जिते खड़ा होता दे उत्तीरे पांच सात आना त्यान गल बात पटाके पाई रहा मेरे मित्रों पॉइंट बारह अठा मेरे हिसाब नीरे चौदह हो गए पंद्रह हो गए पंद्रह अठ हो गए पंद्रह अठ मेरे अठ पंद्रह अख लग गई मेरी धक्के बैठे जमा सब कहे ना नजारे बन्ने पे आनंद आया पंद्रह अठ चेंज आ मेरे हिसाब ना भाई लो सामने मेरे मित्रों कमाल करती आए ते चढ़दे वड्डे मुंडियां दा दूर लग्या पिया मेरे मित्रों पटाके पै गए आ ठुमी आलिया ने ते अज मेले ही लुट लिया है गल्लां कहिंदे टिकाणे मुंडियां ने लाइया मेरे मित्रों वड्डे प्रबंध कीते आ धन धन जी आओ करवा दी मौके उत्ते भरी का भी पता चल जू रोज ही बथेरा मोटे उत्ते टंगी का बकरी के कना गल पारे नहीं झाजना छिड़का के सोलह ने सचिया सियाने कहने ने जिन्हों ने नी गलों में पटे पड़े अजकल लगता खत्म है।